मामले नू लै के पंजाब च माहौल लगातार पक्या होया है। हुण इस दी गाज कांग्रेसी लीडरां ते भी डिगदी दिखाई दे रही है। दरअसल 2018 च जदों बेअदबी दा इंसाफ लैण दे लई बरगाड़ी विखे मोर्चा चल रहा सी तो उत्थे कांग्रेसी मंत्री सुखजिंदर सिंह रंधावा, तृप्त रजिंदर सिंह बाजवा समेत होर तीन विधायकां ने उस मोर्चे नू इह भरोसा दिता सी कि इंसाफ जल्दी मिलेगा, पर हुण तक बेअदबी दा इंसाफ नहीं मिलिया, जिस नू लै के अज सरबत खालसा वालों थापे गए मुतवाजी जथेदार भाई ध्यान सिंह मंड ने स्पष्टीकरण लई इन्हां लीडरां नू सद्या सी, पर ये लीडर हाजर नहीं हुए, जिस तो बाद मंड ने 11 अगस्त नू फिर तो तारीख दे के स्पष्टीकरण दा मौका दिता है। जेकर उदों भी ये लीडर हाजर ना हुए तो इन्हां खिलाफ सख्त कार्रवाई करन दा फैसला किया जाएगा। मंड दा कहना है कि बेअदबी दा इंसाफ ना तो पिछली सरकार ने दिता ना ही इस सरकार ने, सरकारां ने सिर्फ संगत दी भावनावां दा मजाक उड़ाया है। अगर अगर 11 अगस्त नू नहीं आउणगे असी उहनां नू उडीकांगे, अगर वो फिर भी पेश हो के अपना स्पष्टीकरण नहीं देणगे तो फिर उस तो अगली तरीक दे उत्ते कार्रवाई की जाऊगी। कारण की समझते हो क्यों नहीं आ रहे? कारण तो असी तो विश्वास किया है कारण उ आके दसणगे, सरकार वो चलाउंदे ने, सरकार साडे नाल वादा करके गई है, कारण वो दसणगे इन्ना चिर क्यों देरी की, इन्ना चिर संगतां नू क्यों भुलेखे विच रखिया, वो कारण दसणगे। मैं नवजोत सिंह सिद्धू लगातार ट्वीट ते लगातार ट्वीट कर रहे हैं, पंजाब के मुख्यमंत्री नू घेरदे पए ने, कि लगता नहीं है कि सिर्फ ट्विटर वॉर ही रह गई जो इंप्लीमेंट है वो नहीं किया जा रहा कुछ भी? मैनू ते सिख संगतां नू 2015 तो लैके जदों बुरज जवाहर सिंह वाले तो गुरु ग्रंथ साहिब दी दा सरूप चोरी होया है, उस दिन तो लैके अज तक जिन्ने भी देश विदेश दे विच सिख वसदे ने जां इंसाफ पसंद लोग ने उहनां नू उहनां ने तजर्बा भी कर लिया, उहनां नू इस तरह ही महसूस होया है बई कुर्सी दी खातर वादे किए जा रहे ने, इंसाफ देन दा ना पहली सरकार दा कोई इरादा सी ना हुण वाली सरकार दा इरादा सी। जिहड़ी तुसीं सिद्धू साहब दी गल कीती है, पानी वेखो ते पानी दी धार वेखो, जदों समां आया फिर दसांगे। तुहाडे साथी सीगे, तुहाडे साथी सी बाबा बलजीत सिंह दादूवाल, ਉਹ ਜਥੇਦਾਰੀ ਛੱਡ ਕੇ ਤੇ ਅਡਹਾਕ ਕਮੇਟੀ ਦੀ ਪ੍ਰਧਾਨਗੀ ਸਾਂਭ ਕੇ ਬਹਿ ਗਏ ਨੇ, ਕੱਲ੍ਹ ਉਹ ਭਾਜਪਾ ਦੇ ਇੱਕ ਵਿਅਕਤੀ ਦੇ ਨਾਲ ਮੀਟਿੰਗਾਂ ਕਰਨ ਵਿੱਚ ਵੀ ਰੁੱਝੇ ਰਹੇ ਨੇ, ਕੀ ਕਹਿਣਾ ਚਾਹੋਗੇ? ਦੇਖੋ ਮੈਂ ਬੇਨਤੀ ਇਹ ਕਰਦਾ, ਕੋਈ ਵੀ ਸਿੱਖ ਆਮ ਇਨਸਾਨ ਹੋਵੇ ਜਾਂ ਲੀਡਰ ਹੋਵੇ ਜਾਂ ਕੋਈ ਸੰਤ ਮਹਾਂਪੁਰਸ਼ ਹੋਵੇ ਜਾਂ ਕੋਈ ਜਥੇਦਾਰ ਹੋਵੇ, ਕੋਈ ਵੀ ਹੋਵੇ, ਅੱਜ ਜਦੋਂ ਕਿਸਾਨਾਂ ਦੇ ਉੱਤੇ ਸੈਂਟਰ ਦਾ ਕੁਹਾੜਾ ਚੱਲ ਰਿਹਾ ਹੈ 3 ਖੇਤੀ ਕਾਨੂੰਨਾਂ ਦਾ, ਔਰ ਉਹ 7-8 ਮਹੀਨਿਆਂ ਤੋਂ ਸਾਰੀਆਂ ਸਟੇਟਾਂ ਵਿੱਚ ਖਾਸ ਕਰਕੇ ਦਿੱਲੀ ਦੇ ਦੁਆਲੇ ਬੈਠੇ ਹੋਏ ਨੇ ਧੁੱਪ ਅਤੇ ਸਰਦੀ ਦੇ ਵਿੱਚ, ਅਤੇ ਅੱਜ ਕਿਸੇ ਵੀ ਸਿੱਖ ਨੂੰ, ਕਿਸੇ ਵੀ ਮਹਾਂਪੁਰਸ਼ ਨੂੰ, ਕਿਸੇ ਵੀ ਜਥੇਦਾਰ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ BJP ਦੇ ਨਾਲ ਜਾਂ BJP ਦੇ ਨੁਮਾਇੰਦਿਆਂ ਦੇ ਨਾਲ ਕੋਈ ਗੱਲਬਾਤ ਕਰੇ, ਉਹਨਾਂ ਚਿਰ ਜਿੰਨਾ ਚਿਰ ਸੈਂਟਰ ਸਰਕਾਰ ਇਹ ਜਿਹੜੇ 3 ਕਾਨੂੰਨ ਨੇ ਇਹ ਵਾਪਸ ਲੈਣ ਦੀ ਗੱਲ ਨਹੀਂ ਕਰਦੀ। ਕੱਲ੍ਹ ਬਦਾਲਵਾਲ ਪਿੰਡ ਦੇ ਲੋਕਾਂ ਨੇ ਕੱਲ੍ਹ ਬੇਦਾਦੂਵਾਲ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਜਿਸ ਤਰ੍ਹਾਂ ਬੇਅਦਬੀ ਦਾ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਸੀ, ਅੱਜ ਵੀ ਹੈ, ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਕਿਸਾਨੀ ਮੁੱਦਿਆਂ ਦੇ ਉੱਤੇ ਲੋਕਾਂ ਦੇ ਮਨ ਦੇ ਵਿੱਚ ਬੜਾ ਰੋਸ ਹੈ, ਇਕੱਲੇ ਕਿਸਾਨਾਂ ਦੇ ਮਨ 'ਚ ਨਹੀਂ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਜਿਹੜੇ ਕਿਸਾਨਾਂ ਦੇ ਉੱਤੋਂ ਜਿਨ੍ਹਾਂ ਨੂੰ ਰੁਜ਼ਗਾਰ ਮਿਲਦਾ ਹੈ, ਜਿਹੜੇ ਰੋਟੀ ਖਾ ਰਹੇ ਨੇ, ਸਾਰਿਆਂ ਦੇ ਮਨ ਦੇ ਵਿੱਚ ਰੋਸ ਆ। ਸੋ ਇਸ ਕਰਕੇ ਜਿਹੜਾ ਵੀ ਬੰਦਾ BJP ਦੇ ਨਾਲ, BJP ਸਰਕਾਰ ਦੇ ਨਾਲ
ਜਾਂ ਕਿਸੇ ਹੋਰ ਦੇ ਨਾਲ ਗੱਲ ਕਰਦਾ ਹੈ ਉਹ ਸਾਰਿਆਂ ਦੇ ਵਿਰੁੱਧ ਹੈ ਔਰ ਉਹ ਜਿਹੜੀ ਗੱਲਬਾਤ ਕਰਦਾ ਉਹਦਾ ਜਵਾਬ ਉਹੀ ਦਊਗਾ। ਸਿੰਘ ਸਾਹਿਬ ਮੇਰੀ ਸਵਾਲ ਦਾ ਜਵਾਬ ਨਹੀਂ ਆਇਆ ਕਿ ਉਹ ਠੀਕ ਹੈ ਕਿ ਗਲਤ ਹੈ। ਮੈਂ ਤਾਂ ਇਹੀ ਕਹਿ ਰਿਹਾ ਕਿ ਮੈਂ ਜੇ ਅੱਜ ਗੱਲ ਕਰੂੰਗਾ ਕਿਸਾਨਾਂ ਦੇ ਵਿਰੁੱਧ ਰੋਹ ਇੰਨਾ ਹੈ ਗੁੱਸਾ ਇੰਨਾ ਹੈ ਕਿਉਂਕਿ ਇਨਸਾਫ ਨੇੜੇ ਤੇੜੇ ਨਹੀਂ ਦਿਸਦਾ। ਮੇਰਾ ਵੀ ਜੇ ਕੱਲ੍ਹ ਨੂੰ ਕੋਈ ਵਿਰੋਧ ਕਰੂਗਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਬਹੁਤ ਵੱਡਾ ਇਕੱਠ ਜਿਹੜਾ ਸਰਬੱਤ ਖਾਲਸਾ 'ਚ ਹੋਇਆ, ਤਿੰਨ ਜਥੇਦਾਰ ਥਾਪੇ ਗਏ, ਦੋ ਜਥੇਦਾਰ ਵਾਪਸੀ ਪਹਿਲਾਂ ਤੈਅ ਕਰਕੇ ਤੁਸੀਂ ਪਰਫੋਰਮੈਂਸ ਪਾ ਰਹੇ ਹੋ, ਜਿਹੜੇ ਬੇਦਬੀ ਦੇ ਉੱਤੇ ਤੁਸੀਂ ਪਿਛਲੀ ਵੀ ਕਿਹਾ ਸੀ ਕਿ ਆਪਾਂ ਦੁਬਾਰਾ ਹੁਣ ਇਹਦੇ ਇਨਸਾਫ ਲਈ ਮੋਰਚਾ ਲਾਵਾਂਗੇ, ਉਹ ਮੋਰਚਾ ਕਦੋਂ ਤੋਂ ਆਰੰਭ ਕੀਤਾ ਜਾ ਰਿਹਾ? ਦੇਖੋ ਸਰਬੱਤ ਖਾਲਸੇ ਨੇ ਚਾਰ ਜਥੇਦਾਰਾਂ ਦੀ ਨਿਯੁਕਤੀ ਕੀਤੀ, ਇੱਕ ਤਿਹਾੜ ਜੇਲ੍ਹ ਵਿੱਚ ਜਥੇਦਾਰ ਹਵਾਰਾ ਸਾਹਿਬ, ਮੈਂ ਤੁਹਾਡੇ ਹਾਜ਼ਰ ਖੜ੍ਹਾ, ਦੋ ਜਿਹੜੇ ਜਥੇਦਾਰ ਨੇ ਉਹਨਾਂ ਦੀ ਵੀ ਚੋਣ ਹੋਈ ਹੈ, ਉਹ ਅੱਜ ਤੁਸੀਂ ਮੈਨੂੰ ਵਾਰੀ ਵਾਰੀ ਜਦੋਂ ਮੈਂ ਉਹਦਾ ਸਵਾਲ ਕਰਦੇ ਹੋ ਬਈ ਉਹ ਕਿਉਂ ਨਹੀਂ ਆਉਂਦੇ, ਮੈਂ ਕਿਸੇ ਦੇ ਵਿਰੁੱਧ ਨਹੀਂ, ਮੈਂ ਸਾਰਿਆਂ ਦਾ ਮਾਣ ਸਤਿਕਾਰ ਕਰਦਾ, ਇਸ ਗੱਲ ਦਾ ਜਵਾਬ ਲੈਣ ਵਾਸਤੇ ਤੁਹਾਨੂੰ ਉਹਨਾਂ ਦੇ ਕੋਲ ਜਾਣਾ ਪਊਗਾ। ਦੇਖੋ ਸਿੱਖ ਕੌਮ ਦਾ ਜਿਹੜਾ ਮਸਲਾ ਹੈ, ਕੋਈ ਵੀ ਬੰਦਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਕਮੇਟੀ ਦਾ ਪ੍ਰਧਾਨ ਹੋਵੇ, ਭਾਵੇਂ ਕੋਈ ਜਥੇਦਾਰ ਹੋਵੇ, ਇਹ ਕੌਮ ਦਾ ਅਤੇ ਪੰਥ ਦਾ ਮਸਲਾ ਹੁੰਦਾ ਹੈ। ਜਿਹੜੀ ਵੀ ਕੋਈ ਕਾਰਵਾਈ ਕਰਨੀ ਹੋਵੇ, ਮੈਂ ਪਿਛਲੀ ਵਾਰੀ ਵੀ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕਰਕੇ ਗਿਆ ਸੀ ਕਿ ਜਿੰਨਾ ਚਿਰ ਸਾਰੀ ਸਿੱਖ ਸੰਗਤ ਦਾ ਸਾਰੀ ਕੌਮ ਦਾ ਇੱਕ ਮਤ ਫੈਸਲਾ ਨਹੀਂ ਹੁੰਦਾ, ਉਨਾ ਚਿਰ ਜਿਹੜੀ ਵੀ ਕਾਰਵਾਈ ਨਵੀਂ ਆਰੰਭੀ ਗਈ ਆ ਇਹਨੂੰ ਰੋਕਿਆ ਜਾਵੇ। ਅਗਰ ਨਹੀਂ ਰੋਕਿਆ ਜਾਂਦਾ ਤਾਂ ਫਿਰ ਜਾਣ ਬੁੱਝ ਕੇ ਸਿੱਖ ਕੌਮ ਦੇ ਵਿੱਚ ਪਾੜਾ ਪਾਉਣ ਵਾਲੀ ਗੱਲ, ਮਨ ਮਰਜ਼ੀ ਕਰਨ ਵਾਲੀ ਗੱਲ ਜਿਸ ਤਰ੍ਹਾਂ ਅੱਜ ਤੱਕ ਹੁੰਦੀ ਆਈ ਆ, ਪਹਿਲਾਂ ਵੀ ਹਜ਼ਾਰਾਂ ਨਿਸ਼ਾਨ ਗੋਲੀਆਂ ਅਤੇ ਗੋਲਿਆਂ ਦੇ ਮਿਟਾਏ ਗਏ ਨੇ, ਸੋ ਇਸ ਕਰਕੇ ਕੰਮ ਕਰਨੇ ਚਾਹੀਦੇ ਨੇ ਪਰ ਸਾਰਿਆਂ ਦੀ ਸਹਿਮਤੀ ਦੇ ਨਾਲ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੀ ਕਿਸਾਨੀ ਮੁੱਦੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਪ੍ਰੋਗਰਾਮ ਉਲੀਕਿਆ ਜਾਏਗਾ ਜਿਹਦੇ 'ਚ ਪੰਥਕ ਇਕੱਠ ਕੀਤਾ ਜਾਵੇ ਸਰਕਾਰ 'ਤੇ ਦਬਾਅ ਬਣਾਉਣ ਲਈ? ਮੈਂ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ, ਅੱਜ ਵੀ ਕਹਿੰਦਾ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਵੀ ਸਰਕਾਰ ਨੇ ਸਾਨੂੰ ਕਿਸੇ ਵੀ ਮੁੱਦੇ ਦੇ ਉੱਤੇ ਕੋਈ ਇਨਸਾਫ ਨਹੀਂ ਦੇਣਾ, ਇਸ ਕਰਕੇ ਬੜੀ ਸ਼ਿੱਦਤ ਦੇ ਨਾਲ ਅਸੀਂ ਸਾਰੀਆਂ ਸੰਪਰਦਾਵਾਂ ਦੇ ਨਾਲ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ, ਪੰਜਾਬ ਵਿੱਚ ਵੱਸਦੇ ਲੋਕਾਂ ਦੇ ਨਾਲ ਅਸੀਂ ਉਹਨਾਂ ਦਾ ਸਲਾਹ ਮਸ਼ਵਰਾ ਲੈ ਰਹੇ ਹਾਂ, ਉਹਨਾਂ ਨਾਲ ਕਰ ਰਹੇ ਹਾਂ, ਅਤੇ ਕਦੀ ਨਾ ਕਦੀ ਉਹ ਵੀ ਮੌਕਾ ਆਊਗਾ ਜਦੋਂ ਪੂਰੇ ਦਾ ਪੂਰਾ ਪੰਜਾਬ, ਦੇਸ਼ ਵਿਦੇਸ਼ ਵਿੱਚੋਂ ਵੱਸਦੀਆਂ ਸਿੱਖ ਸੰਗਤਾਂ ਉਹ ਕੁਛ ਨਾ ਕੁਛ ਕਰਨ ਵਾਸਤੇ ਉਹ ਸੜਕਾਂ ਦੇ ਉੱਤੇ ਜਾਂ ਕਿਸੇ ਵੀ ਤਰੀਕੇ ਤੁਹਾਨੂੰ ਦਿਸਣਗੇ। ਜਥੇਦਾਰ ਸਾਹਿਬ ਬੀਤੇ ਦਿਨੀ ਤੁਸੀਂ ਕਿੱਥੇ ਸੀ ਜਦੋਂ ਪੰਥਕ ਇਕੱਠ ਹੁੰਦਾ ਹੈ, ਸਾਰੀ ਜਥੇਦਾਰ ਬਹੁਤ ਸਾਰੇ ਜਿਹੜੇ ਆਮ ਲੋਕ ਨੇ, ਆਮ ਪੰਥ ਦੇ ਰਾਖੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਉਹ ਇਕੱਠੇ ਹੁੰਦੇ ਨੇ, ਉੱਥੇ ਕੋਈ ਇਹੋ ਜਿਹੀ ਸ਼ਖਸੀਅਤ ਨਜ਼ਰ ਨਹੀਂ ਆਉਂਦੀ ਹੈਗੀ ਜਿਹੜੀ ਉਹਨਾਂ ਦੀ ਖਾਸ ਅਗਵਾਈ ਵਾਲੀ ਹੋਵੇ? ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਸਿੱਖਾਂ ਦੇ ਮਸਲੇ ਬਹੁਤ ਵੱਧ ਗਏ ਨੇ, ਰੋਜ਼ ਕੋਈ ਨਾ ਕੋਈ ਨਵਾਂ ਮਸਲਾ ਪੈਦਾ ਹੋ ਰਿਹਾ, ਜਿੱਥੇ ਵੀ ਪੈਦਾ ਹੁੰਦਾ ਸਿੱਖ ਸੰਗਤਾਂ ਉਸੇ ਵੇਲੇ ਜਾਗਰੂਕ ਨੇ, ਉਸੇ ਵੇਲੇ ਐਕਸ਼ਨ ਵਿੱਚ ਆਉਂਦੀਆਂ ਹੈ, ਕਈ ਵਾਰੀ ਥੋੜ੍ਹਾ ਬਹੁਤਾ ਅੱਗਾ ਪਿੱਛਾ ਹੋ ਜਾਂਦਾ, ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਕਿਸੇ ਨਾਲੋਂ ਅਲੱਗ ਹੈ। ਸਾਹਿਬ 84 ਦੀ ਯਾਦ ਹੈ ਸ੍ਰੀ ਗੁਰੂ ਰਾਮਦਾਸ ਨਾਲ ਸ਼੍ਰੋਮਣੀ ਕਮੇਟੀ ਸੇਵਾ ਦੇ ਨਾਂ ਦੇ ਉੱਤੇ, ਤੁਸੀਂ ਤਾਂ ਇਹ ਗੱਲ ਕਰਦੇ ਹੋ ਵੀ ਸਾਰੀ ਰਾਤ ਰੋਂਦੀ ਰਹੀ ਅਤੇ ਮਰਿਆ ਕੋਈ ਨਹੀਂ, ਮੈਂ ਕਹਿ ਘਟਿਆ ਕਿ ਕੋਈ ਵੀ ਮਸਲਾ ਹੈ, ਭਾਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਚਗਿਰਦੇ ਦਾ ਮਸਲਾ ਹੈ, ਭਾਵੇਂ ਗੁਰੂ ਰਾਮਦਾਸ ਰਾਂ ਦਾ ਮਸਲਾ ਹੈ, ਭਾਵੇਂ ਕਿਸੇ ਹੋਰ ਧਾਰਮਿਕ ਸਥਾਨ ਦਾ ਮਸਲਾ ਹੈ ਜਿਹਦੇ 'ਤੇ ਵਿਵਾਦ ਪੈਦਾ ਹੋ ਜਾਵੇ, ਉਹਨਾਂ ਚਿਰ ਉਹਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ ਜਾਂ ਉਹਨਾਂ ਚਿਰ ਉਹਨੂੰ ਨਹੀਂ ਬਣਾਉਣਾ ਚਾਹੀਦਾ ਜਿੰਨਾ ਚਿਰ ਸਾਰੀ ਸਿੱਖ ਸੰਗਤ ਇੱਕ ਮਤ ਨਾ ਹੋਵੇ। ਆਪਣੇ ਸਾਥੀ ਬਾਬਾ ਹਿੰਮਤ ਸਿੰਘ ਜੀ ਕਿਹੜੇ ਨੇ ਜੀ? ਹਾਂ ਜੀ, ਮੇਰੇ ਸਿਰਫ ਪੰਜ ਸਿੰਘ ਇੱਧਰ ਆ ਜਾਓ ਜੀ, ਫੋਟੋ ਕਰ ਲਈਏ ਜੀ।